ਮੋਰਿੰਦਾ ਬੇਅਦਬੀ ਦਾ ਮਾਮਲਾ ਤੇ ਥਾਣੇ ਦੇ ਬਾਹਰ ਸਿੱਖ ਸੰਗਤਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਵੀ ਮੌਜੂਦ ਨੇ। ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ ਇਹ ਮੰਗ ਪ੍ਰਦਰਸ਼ਨਕਾਰੀ ਸੰਗਤ ਵੱਲੋਂ ਕੀਤੀ ਜਾ ਰਹੀ ਹੈ। ਮੁਲਜ਼ਮ ਜਸਬੀਰ ਜੱਸੀ ਤੇ FIR ਦਰਜ ਹੋ ਚੁੱਕੀ ਹੈ ਤੇ ਬੀਤੇ ਦਿਨ ਗ੍ਰਿਫਤਾਰੀ ਹੋ ਚੁੱਕੀ ਹੈ। ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ FIR ਦਰਜ ਹੋਈ ਹੈ। ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਜਾਂਦੀ ਹੈ। ਮੋਰਿੰਡਾ ਦੇ ਗੁਰੂ ਘਰ ਵਿੱਚ ਬੀਤੇ ਦੁਪਹਿਰ ਦੱਸਦੇ ਕਿ ਬੀਤੇ ਦਿਨ ਦੁਪਹਿਰ ਵਿਖੇ ਇਹ ਬੇਅਦਬੀ ਹੋਈ ਸੀ ਜਦੋਂ ਨੌਜਵਾਨ ਨੇ ਪਾਠੀ ਸਿੰਘ ਦੀ ਕੁੱਟਮਾਰ ਕੀਤੀ ਸੀ। ਕੁੱਟਮਾਰ ਤੋਂ ਬਾਅਦ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ। ਦਰਬਾਰ ਸਾਹਿਬ ਵਿੱਚ ਜੁੱਤਿਆਂ ਸਮੇਤ ਇਹ ਮੁਲਜ਼ਮ ਦਾਖਲ ਹੋਇਆ ਸੀ ਤੇ ਇਹ ਪੂਰੀ ਘਟਨਾ CCTV ਕੈਮਰੇ ਵਿੱਚ ਕੈਦ ਹੋਈ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਬਾਜ਼ਾਰ ਬੀਤੇ ਕੱਲ ਤੋਂ ਹੀ ਬੰਦ ਨੇ। ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਿਆਸਤਦਾਨ ਮੌਕੇ ਤੇ ਪਹੁੰਚ ਰਹੇ ਨੇ। ਆਪ ਵਿਧਾਇਕ ਚਰਨਜੀਤ ਸਿੰਘ ਪਹੁੰਚੇ ਨੇ ਮੌਕੇ ਤੇ, ਲੇਕਿਨ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਤੇ NSA ਲਗਾਉਣ ਦੀ ਵੀ ਮੰਗ ਸਿੱਖ ਸੰਗਤ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਉੱਥੇ ਦੱਸ ਦਈਏ ਕਿ ਇਸ ਥਾਣੇ ਦੇ ਬਾਹਰ ਸਿੱਖ ਸੰਗਤ ਦਾ ਧਰਨਾ ਜਾਰੀ ਹੈ ਤੇ ਥਾਣੇ ਦੇ ਬਾਹਰ ਸਿੱਖ ਸੰਗਤ ਡਟੀ ਹੋਈ ਹੈ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨੇ। ਪ੍ਰਸ਼ਾਸਨ ਦੇ ਨਾਲ ਵੀ ਲਗਾਤਾਰ ਗੱਲਬਾਤ ਹੋ ਰਹੀ ਹੈ ਸੰਗਤਾਂ ਦੀ, ਔਰ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਪ੍ਰਦਰਸ਼ਨਕਾਰੀ ਕਰ ਰਹੇ ਨੇ। ਮੁਲਜ਼ਮ ਜਸਬੀਰ ਜੱਸੀ ਤੇ FIR ਦਰਜ ਕੀਤੀ ਗਈ ਹੈ ਤੇ ਮੁਲਜ਼ਮ ਜਸਬੀਰ ਜੱਸੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਬੀਤੇ ਦਿਨ ਮੋਰਿੰਡਾ ਦੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਈ ਸੀ, ਔਰ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਹੈ। ਔਰ ਜਿੱਥੇ ਗੁਰੂ ਘਰਾਂ ਦੇ ਵਿੱਚ ਬੇਅਦਬੀ ਨੂੰ ਲੈ ਕੇ ਸਵਾਲ ਸਿੱਖ ਸੰਗਤਾਂ ਵੱਲੋਂ ਚੁੱਕੇ ਜਾ ਰਹੇ ਨੇ, ਉੱਥੇ ਹੁਣ ਸੜਕਾਂ ਤੇ ਵੀ ਸਿੱਖ ਸੰਗਤ ਉਤਰੀ ਹੋਈ ਹੈ। ਥਾਣੇ ਦੇ ਬਾਹਰ ਸੰਗਤ ਦਾ ਧਰਨਾ ਜਾਰੀ ਹੈ। ਨੌਜਵਾਨ ਨੇ ਪਾਠੀ ਸਿੰਘ ਦੀ ਕੁੱਟਮਾਰ ਕੀਤੀ ਸੀ। ਕੁੱਟਮਾਰ ਤੋਂ ਬਾਅਦ ਪਾਵਨ ਸਰੂਪ ਦੀ ਵੀ ਬੇਅਦਬੀ ਕੀਤੀ ਸੀ। ਤਾਂ ਇਸ ਕੁੱਟਮਾਰ ਤੋਂ ਬਾਅਦ ਜਿੱਥੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਇਸ ਦੇ ਪਿੱਛੇ ਕੀ ਮੰਸ਼ਾ ਸੀ, ਕੀ ਮਕਸਦ ਸੀ, ਨੌਜਵਾਨ ਦੇ ਪਿੱਛੇ ਕੀ ਕਿਸੇ ਹੋਰ ਦਾ ਹੱਥ ਸੀ, ਇਹ ਹੁਣ ਹਰ ਐਂਗਲ ਤੋਂ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।